ਸਤਿ ਸ਼੍ਰੀ ਅਕਾਲ ਦੋਸਤੋ। ਪਿਛਲੇ ਦਿਨੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਵਾਇਰਲ ਹੁੰਦੀ ਹੈ, ਜਿਸ ਦੇ ਵਿੱਚ ਇੱਕ ਔਰਤ ਦੇ ਵੱਲੋਂ ਸਰਕਾਰੀ ਬੱਸ ਦੇ ਵਿੱਚ ਪਹਿਲਾਂ ਟਿਕਟ ਕਟਾਈ ਜਾਂਦੀ ਹੈ, ਉਸ ਤੋਂ ਬਾਅਦ ਆਪਣਾ ਆਧਾਰ ਕਾਰਡ ਵਿਖਾ ਕੇ ਕੰਡਕਟਰ ਤੋਂ ਟਿਕਟ ਵਾਪਸ ਕਰਨ ਦੀ ਗੱਲ ਕੀਤੀ ਜਾਂਦੀ ਹੈ, ਤਾਂ ਕੰਡਕਟਰ ਵੀ ਇਸ ਗੱਲ 'ਤੇ ਬਹਿਸ ਪੈਂਦਾ ਹੈ। ਬਾਕੀ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ। ਟਿਕਟ ਦੇ ਮੇਰੀ ਅੱਧੂ ਲੱਖ ਮੇਰਾ ਰਿਪੋਰਟ ਲਿਖਦਾ ਟਿਕਟ ਦੇ।